ਪਿੰਡ ਪੱਧਰ ਤੇ ਪੰਚਾਇਤੀ ਚੋਣਾਂ ਦਾ ਦੰਗਲ ਪੂਰੇ ਸਿਖਰਾਂ ਤੇ ਪਹੁੰਚ ਗਿਆ ਹੈ ਪਰ ਇਸ ਦੌਰਾਨ ਸਿਆਸੀ ਰੰਜਿਸ਼ ਦੇ ਚੱਲਦੇ ਲੜਾਈ ਝਗੜੇ ਅਤੇ ਵੱਡ ਟੁੱਕ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਇਸ ਦੇ ਹੀ ਚੱਲਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੋਗਲ ਦੇ ਵਿੱਚ ਇੱਕ ਖੂਨੀ ਝੜਪ ਹੋਈ ਹੈ ਦੋ ਧਿਰਾਂ ਦੇ ਵਿਚਕਾਰ ਜੰਮ ਕੇ ਇੱਟਾਂ ਪੱਥਰ ਚੱਲੇ ਨੇ ਜਿਸ ਦੌਰਾਨ ਪੰਜ ਲੋਕ ਵੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਪਰ ਇਸ ਦੌਰਾਨ ਹਮਲਾਵਰ ਹਸਪਤਾਲ ਵੀ ਪਹੁੰਚ ਗਏ ਇਹਨਾਂ ਉੱਤੇ ਹਮਲਾ ਕਰਨ ਜਿਸ ਕਾਰਨ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਹਸਪਤਾਲ ਚ ਜ਼ੇਰੇ ਇਲਾਜ ਇਹਨਾਂ ਲੋਕਾਂ ਨੇ ਕਿਹਾ ਕਿ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰਵਾਇਆ ਗਿਆ ਅਤੇ ਉਹਨਾਂ ਦੇ ਸਾਥੀ ਨੂੰ ਵੀ ਗੰਭੀਰ ਜ਼ਖਮੀ ਕੀਤਾ ਗਿਆ ਜਦਕਿ ਉਹ ਹਸਪਤਾਲ ਪਹੁੰਚੇ ਇਲਾਜ ਲਈ ਤਾਂ ਦੁਬਾਰਾ ਹਮਲਾ ਕਰਵਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਸਾਥੀ ਵੀ ਗੰਭੀਰ ਜ਼ਖਮੀ ਹੋ ਗਏ ਫਿਲਹਾਲ ਇਸ ਮੌਕੇ ਜ਼ਖਮੀਆਂ ਦਾ ਹਾਲ ਜਾਣਨ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਵੀ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਵੱਲੋਂ ਇਹ ਹਮਲਾ ਕਰਵਾਇਆ ਗਿਆ ਮੇਰਾ ਨਾਮ ਰਤਨ ਸਿੰਘ ਗੋਸਲਾ ਜੀ ਤੇ ਮੈਂ ਆਪਣੇ ਘਰੋਂ ਬਾਹਰ ਨਿਕਲਿਆ ਸੀ ਬਾਹਰ ਨਿਕਲ ਕੇ ਬਾਹਰ ਦੁਕਾਨਾਂ ਨੇ ਸਾਡੀਆਂ ਪੈਟਰੋਲ ਪੰਪ ਦੇ ਸਾਹਮਣੇ ਉੱਥੇ ਆ ਕੇ ਮੈਂ ਕੋਈ ਸੌਦਾ ਲੈਣ ਹੀ ਆਇਆ ਹਾਂ ਆ ਕੇ ਮੈਂ ਉੱਥੇ ਖਲੋਤਾ ਹੀ ਹਾਂ ਮੈਂ ਉਹਨੂੰ ਨਹੀਂ ਵੇਖਿਆ ਵੀ ਉਹਨੇ ਜਦ ਕਿਹੜੇ ਤਰੀਕੇ ਨਾਲ ਪੈਟਰੋਲ ਪੰਪ ਤੋਂ ਆਪਣਾ ਟਰੈਕਟਰ ਕੱਢਿਆ ਅਤੇ ਲਲਕਾਰਾ ਉਹਦੇ ਭਰਾਵਾਂ ਨੇ ਮਾਰਿਆ ਬਲਵਿੰਦਰ ਸਿੰਘ ਸਰਪੰਚ ਉਹਦੇ ਭਰਾ ਉਹਦਾ ਮੁੰਡਾ ਜਸ਼ਨਪ੍ਰੀਤ ਅਤੇ ਉਹਦਾ ਭਰਾ ਆਪਣਾ ਸੁਖਵਿੰਦਰ ਅਤੇ ਇੱਕ ਹਰਜਿੰਦਰ ਸਿੰਘ ਅਤੇ ਉਹਦਾ ਮੁੰਡਾ ਕਰਨਪ੍ਰੀਤ ਉਹਨਾਂ ਲਲਕਾਰਾ ਮਾਰਿਆ ਵੀ ਇਹਨੂੰ ਮਾਰ ਦਿਉ ਅੱਜ ਕਾਰਨ ਕੀ ਕਾਰਨ ਕਿਉਂ ਕਾਰਨ ਇਹ ਵੀ ਉਹ ਬਖਲਾਏ ਹੋਏ ਸੀ ਅਤੇ ਮੇਰਾ ਐਲਕਾ ਇਲੈਕਸ਼ਨ ਦੇ ਵਿੱਚ ਮੈਨੂੰ ਆਸ ਸੀ ਕਿ ਮੈਂ ਜਿੱਤ ਜਾਣਾ ਵਾਂ ਕਿਉਂਕਿ ਮੇਰੇ ਵੀਰ ਅਜੀਤ ਸਿੰਘ ਹੋਣਾ ਨੇ ਮੈਨੂੰ ਸਮਰਥਨ ਦਿੱਤਾ ਸੀ ਮੈਂ ਪੁਰਾਣਾ ਵਰਕਰ ਹਾਂ ਇਹਨਾਂ ਦਾ ਅਤੇ ਮੈਨੂੰ ਇਹਨਾਂ ਨੇ ਸਮਰਥਨ ਦਿੱਤਾ ਸੀ ਵੀ ਤੈਨੂੰ ਐਰਕਾਂ ਪਾਈਆਂ ਹੀ ਬਣਾ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਵਾਂ ਕਿ ਇਹਨਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਦੂਸਰੀ ਮੇਰੀ ਇੱਕ ਇਹ ਗੱਲ ਆ ਕਿ 15 ਸਾਲ ਹੋ ਗਏ ਆ ਇਹ ਸਰਪੰਚੀ ਕਰਦਾ ਨਾ ਅੱਜ ਤੱਕ ਇਹ ਡਿਊਟੀ ਗਿਆ ਅਤੇ ਇਹ ਇਸ ਤਰ੍ਹਾਂ ਹੀ ਕਰਕੇ ਲੋਕਾਂ ਨਾਲ ਧੱਕਾ ਕਰਕੇ ਡਿਊਟੀ ਕਰਦਾ ਕੰਮ ਤੇ ਨਹੀਂ ਜਾਂਦਾ ਕੋਈ ਪਤਾ ਹਾਲ ਚਾਲ ਲੈਣ ਜਾਂ ਪਤਾ ਲੈਣ ਪਹੁੰਚਿਆ ਹੁਣ ਤੱਕ ਨਹੀਂ ਜੀ ਮੇਰਾ ਕੋਈ ਪਤਾ ਲੈਣ ਨਹੀਂ ਕੋਈ ਕੌਣ ਆਇਆ ਅੱਜ ਅੱਜ ਸੁੱਚਾ ਸਿੰਘ ਜੀ ਮੇਰੇ ਪੁਰਾਣੇ ਬੜੇ ਸਤਿਕਾਰਯੋਗ ਲੀਡਰ ਨੇ ਮੈਂ ਬੜਾ ਚਿਰ ਇਹਨਾਂ ਨਾਲ 16 ਸਾਲ ਕੰਮ ਕੀਤਾ ਵਾ ਅਤੇ ਇਹ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਇਹਨਾਂ ਅੱਗੇ ਇੱਕ ਬੇਨਤੀ ਕਰਦਾ ਵਾਂ ਕਿ ਇਹ ਬੰਦਾ 2037 ਇਹਦਾ ਬੈਲਟ ਨੰਬਰ ਆ ਡੇਰਾ ਬਾਬਾ ਨਾਨਕ 'ਚ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਵਾ ਇੱਥੇ ਇਹਦੇ ਉੱਤੇ ਕੋਈ ਵੀ ਐਕਸ਼ਨ ਕੀਤਾ ਜਾਵੇ ਕਿ ਇਹ ਆਪਣੀ ਡਿਊਟੀ 'ਤੇ ਜਾਵੇ ਆਹ ਨਵਨੀਤ ਸਿੰਘ ਨੌਜਵਾਨ ਮੁੰਡਾ ਵਾ 24-25 ਸਾਲ ਦੀ ਉਮਰ ਹੈ ਇਹਦੀ ਇਹ ਮਰੀਜ਼ਾਂ ਦੇ ਮਗਰ ਆਇਆ ਵਾ ਜਿਹੜੇ ਜਿਨ੍ਹਾਂ ਦਾ ਆਪਣੇ ਵੱਡੇ ਟੁੱਕੇ ਗਏ ਸੀ ਉਹਨਾਂ ਦੀ ਮਗਰ ਖਬਰ ਲੈਣ ਆਇਆ ਵਾ ਉਹਨਾਂ ਨੂੰ ਦਵਾ ਦਾਰੂ ਵਾਸਤੇ ਮਗਰ ਆਇਆ ਪੈਸੇ ਲੈ ਕੇ ਅਤੇ 12 ਵਜੇ ਰਾਤ ਦੇ ਆਣ ਕੇ ਅਤੇ ਇਹਦੀਆਂ ਵੀ ਉਂਗਲਾਂ ਲਾਤੀਆਂ ਨੇ ਇਹਦੀਆਂ ਉਂਗਲਾਂ ਡਾਕਟਰ ਨੇ ਜੋੜੀਆਂ ਨੇ ਦੁਬਾਰਾ ਚੁੱਕ ਕੇ ਔਰ ਮੈਂ ਇਹ ਸਮਝਦਾ ਵਾਂ ਕਿ ਬੰਦਾ ਜਦੋਂ ਘਰ ਕੋਈ ਪੈ ਜੇ ਬਾਹਰ ਪਵੇ ਤਾਂ ਘਰ ਨੱਠਦਾ ਅਤੇ ਘਰ ਪਵੇ ਤਾਂ ਥਾਣੇ ਵੱਲ ਨੂੰ ਜਾਂਦਾ ਜਾਂ ਸਰਕਾਰੀ ਥਾਵਾਂ 'ਤੇ ਜਾਂਦਾ ਇਲਾਜ ਕਰਾਉਣ ਲਈ ਸਰਕਾਰੀ ਵੱਡੇ ਹਸਪਤਾਲ ਜ਼ਿਲ੍ਹੇ ਦੇ ਵਿੱਚ ਇਹ ਆਇਆ ਵਾ ਅਤੇ ਉੱਥੇ ਵੀ ਆਣ ਕੇ ਵੱਢ ਟੁੱਕ ਹੋ ਗਈ ਹੈ ਇਦੋਂ ਗਾਂਹ ਮੈਂ ਸਮਝਦਾ ਕਿਹੜਾ ਜੰਗਲ ਦਾ ਰਾਜ ਕਿਹਾ ਜਾ ਸਕਦਾ ਵਾ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਤੁਰੰਤ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਹੁਣ ਨੂੰ ਉਹਨਾਂ ਨੂੰ ਫੜ ਕੇ ਅੰਦਰ ਦਿੰਦੇ ਬਣਦੀਆਂ ਸਜ਼ਾਵਾਂ ਦਿੰਦੇ ਜੋ ਕਾਨੂੰਨ ਹੈ ਉਹਦੇ ਮੁਤਾਬਕ ਐਕਸ਼ਨ ਕਰਦੇ ਅੱਜ ਮੈਂ ਸਮਝਣਾ ਉਹ ਵੀ ਅਲੀ ਅਲੀ ਕਰਦੇ ਫਿਰਦੇ ਨੇ ਜਿਹੜੇ ਮੁਲਜ਼ਮ ਨੇ ਇਹ ਹਸਪਤਾਲਾਂ 'ਚ ਵੀ ਡਰਦੇ ਫਿਰਦੇ ਨੇ ਵੀ ਸਾਡਾ ਕੋਈ ਰਾਖਾ ਨਹੀਂ ਗਾ ਕੋਈ ਪੁਲਿਸ ਵਾਲਾ ਨਹੀਂ ਇੱਥੇ ਇਹਨਾਂ ਦੀ ਰਾਖੀ ਕਰਨ ਬਾਅਦ 'ਚ ਵੀ ਆਇਆ ਕੀ ਅਗਲਾ ਐਕਸ਼ਨ ਰਹੇਗਾ ਜੇਕਰ ਨਹੀਂ ਸੁਣਵਾਈ ਹੁੰਦੀ ਅਗਲਾ ਐਕਸ਼ਨ ਜਿਹੜਾ ਵਾ ਉਹ ਅਸੀਂ ਅਜੇ ਵੇਖਾਂਗੇ ਕੱਲ੍ਹ ਤੱਕ ਸਰਕਾਰ ਕੀ ਕਰਦੀ ਹੈ ਕੱਲ੍ਹ ਮੈਂ SSP ਨੂੰ ਵੀ ਮਿਲਾਂਗਾ ਉਸ ਤੋਂ ਮਗਰੋਂ ਪਾਰਟੀ ਦਾ ਐਕਸ਼ਨ ਜਿਹੜਾ ਵੱਡੇ ਪੱਧਰ 'ਤੇ ਲਿਆ ਜਾਊਗਾ